ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਮਨਦੀਪ ਕੌਰ। ਮੇਰੇ ਚੈਨਲ ਗੁਣਤਾਰ ਸੂਟ ਕਲੈਕਸ਼ਨ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ। ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ। ਅੱਜ ਆਪਾਂ ਇੱਕ ਸਪੈਸ਼ਲ ਸੰਡੇ ਵਾਸਤੇ ਸੇਲ ਲੈ ਕੇ ਆਏ ਹਾਂ, ਜਿਹੜੇ ਆਪਾਂ ਪਹਿਲਾਂ ਪਿੱਛੇ ਸੂਟ ਪਾਏ ਸੀਗੇ, ਰੀਸਟੋਕ ਹੋਏ ਨੇ ਕੁਛ ਕੁ ਸੂਟ ਉਹਨਾਂ ਦੇ ਵਿੱਚੋਂ, ਕਿਉਂਕਿ ਉਹਨਾਂ ਦੇ ਕਾਫੀ ਆਰਡਰ, ਕਾਫੀ ਮੈਸੇਜ ਆ ਰਹੇ ਸੀਗੇ, ਤਾਂ ਕੁਛ ਕੁ ਸੂਟ ਆਪਣੇ ਕੋਲ ਰੀਸਟੋਕ ਹੋਏ ਨੇ, ਤਾਂ ਆਪਾਂ ਉਹ ਦੇਖਦੇ ਹਾਂ ਅੱਜ ਦੇ ਉਹ ਪ੍ਰਿੰਟ ਸੂਟ ਜਿਹੜੇ ਆਪਾਂ ਸੇਲ ਦੇ ਵਿੱਚ ਕੱਢੇ ਸੀਗੇ। ਹਾਂਜੀ, ਪਹਿਲਾਂ ਆਪਣਾ ਆ ਗਿਆ ਜੀ ਆਫ ਵਾਈਟ ਚਿਕਨ ਦੇ ਨਾਲ ਸ਼ਰਟ, ਬਹੁਤ ਫਾਈਨ ਸਟੱਫ ਰਹੇਗਾ ਜੀ। ਕਾਟਨ ਦਾ ਚਿਕਨ ਦਾ ਬਹੁਤ ਫਾਈਨ ਇਹਦੇ ਉੱਪਰ ਵਰਕ ਹੈਗਾ। ਇਹਦੇ ਨਾਲ ਇੱਕ ਤਾਂ ਆਪਣੀ ਇਹ ਆ ਜਾਏਗੀ ਜਮੈਟ੍ਰੀਕਲ ਪ੍ਰਿੰਟ ਦੇ ਵਿੱਚ ਸ਼ਰਟ, ਪ੍ਰਾਈਸ ਰਹੂ 725 725। ਇੱਕ ਇਹਦੇ ਨਾਲ ਇਹ ਆ ਜਾਏਗੀ, ਸਟੱਫ ਬਹੁਤ ਸੋਹਣਾ, ਸ਼ਰਟ ਦਾ ਕੋਈ ਲੈਨਿੰਗ ਵੇਅਰ ਦੀ ਨੀਡ ਨਹੀਂ, ਪਿਓਰ ਕਾਟਨ ਸਟੱਫ ਰਹੇਗਾ। ਇਹ ਵਾਲੀ ਸ਼ਰਟ ਬਲੈਕ ਦੇ ਵਿੱਚ ਆਫ ਵਾਈਟ ਪ੍ਰਿੰਟ ਹੈਗਾ। ਇਹਦੇ ਨਾਲ ਲਾਈਟ ਜੀ ਸਕਿਨ ਜੇ ਕਰੀਮ ਜੇ ਸ਼ੇਡ ਦੀ ਲਾਈਟ ਜੀ ਪਲੇਨ ਬੋਟਮ ਵੀ ਤੁਹਾਨੂੰ ਮਿਲ ਜਾਏਗੀ। ਇਹਦਾ ਪ੍ਰਾਈਸ ਰਹੇਗਾ ਚਿਕਨ ਦੀ ਬੋਟਮ ਦੇ ਨਾਲ 725। ਹਾਂਜੀ, ਇੱਕ ਆਪਣਾ ਇਹ ਮੈਚਿੰਗ ਸੂਟ ਆ ਗਿਆ, ਇਹਦੇ ਕਾਫੀ ਆਰਡਰ ਆ ਰਹੇ ਸੀਗੇ, ਕਾਟਨ ਦੇ ਵਿੱਚ ਕੋਈ ਲੈਨਿੰਗ ਵਗੈਰਾ ਦੀ ਨੀਡ ਨਹੀਂ, ਪ੍ਰਾਈਸ ਰਹੂਗਾ ਜੀ 590। ਇੱਕ ਇਹ ਹੈ ਜੀ ਕੈਮਰਿਕ ਕਾਟਨ ਦੇ ਵਿੱਚ ਆਲ ਓਵਰ ਸੂਟ ਰਹੇਗਾ, ਬਹੁਤ ਹੀ ਪਿਆਰਾ ਪ੍ਰਿੰਟ ਜਿਹਾ, ਅਲੱਗ ਜਿਹਾ ਸ਼ੇਡ ਹੈ ਫਲਾਵਰ ਵਗੈਰਾ ਨਾਲੋਂ, ਸਕਾਈ ਬਲੂ ਦੇ ਵਿੱਚ ਆਪਣਾ ਇਹ ਪ੍ਰਿੰਟ ਰਹੂਗਾ, ਕੋਈ ਲੈਨਿੰਗ ਵਗੈਰਾ ਦੀ ਨੀਡ ਨਹੀਂ, ਲਾਈਟ ਵੇਟ ਸਟੱਫ ਰਹੂਗਾ, ਪਿਓਰ ਕਾਟਨ ਦਾ, ਪ੍ਰਾਈਸ ਰਹੂਗਾ ਜੀ 550। ਇੱਕ ਇਹ ਸੂਟ ਦੇ ਆਪਣੇ ਕਾਫੀ ਆਰਡਰ ਆ ਰਹੇ ਸੀਗੇ, ਬਾਂਧਨੀ ਪ੍ਰਿੰਟ ਦੇ ਵਿੱਚ ਸੀ, ਕਾਟਨ ਮਡਾਲ ਕਾਟਨ ਦੇ ਵਿੱਚ ਕੋਈ ਲੈਨਿੰਗ ਵਗੈਰਾ ਦੀ ਨੀਡ ਨਹੀਂ, ਪ੍ਰਾਈਸ ਰਹੂਗਾ ਜੀ 490 490। ਯੈਲੋ ਸ਼ੇਡ ਜਿਹਦਾ ਯੈਲੋ ਕਲਰ ਦੇ ਵਿੱਚ ਹੈ ਪ੍ਰਿੰਟ। ਹਾਂਜੀ, ਇੱਕ ਆਪਣਾ ਇਹ ਆ ਗਿਆ ਜੀ ਮੈਚਿੰਗ ਦੇ ਵਿੱਚ, ਮਹਿਰੂਨ ਬੋਟਮ ਦੇ ਨਾਲ ਹੈ, ਮੈਚਿੰਗ ਦੇ ਵਿੱਚ ਬਹੁਤ ਹੀ ਪਿਆਰੀ ਕਲਰ, ਬਹੁਤ ਹੀ ਪਿਆਰਾ ਮੈਚਿੰਗ ਸੂਟ ਹੈ, ਪ੍ਰਾਈਸ ਰਹੂਗਾ ਜੀ 625। ਇੱਕ ਸਭ ਤੋਂ ਵੱਧ ਆਪਾਂ ਨੂੰ ਆਰਡਰ ਆ ਰਹੇ ਸੀਗੇ ਇਹ ਜੋਰਜਟ ਸ਼ਪੋਨ ਦੇ, ਜੋਰਜਟ ਸ਼ਪੋਨ ਦੇ ਇਹਦਾ ਦੁਪੱਟਾ ਤੁਸੀਂ ਬਣਾ ਸਕਦੇ ਹੋ, ਆਲ ਓਵਰ ਸੂਟ ਬਣਾ ਸਕਦੇ ਹੋਗੇ, 2.5 ਮੀਟਰ 5 ਮੀਟਰ ਕੱਟ ਲੈ ਸਕਦੇ ਹੋਗੇ, ਤੇ ਇਹਦਾ ਤੁਸੀਂ ਜਾਂ ਬੋਟਮ ਤੇ ਦੁਪੱਟਾ ਬਣਾ ਕੇ ਪਲੇਨ ਸ਼ਰਟ ਵੀ ਬਣਾ ਸਕਦੇ ਹੋਗੇ, ਜਿੱਦਾਂ ਤੁਹਾਨੂੰ ਈਜ਼ੀ ਲੱਗੇ ਉਦਾਂ ਬਣਾ ਸਕਦੇ ਹੋ। ਜਿਹੜਾ ਇਹਦਾ ਸਟੱਫ ਹੈਗਾ ਬਹੁਤ ਹੀ ਸੋਫਟ ਤੇ ਲਾਈਟ ਵੇਟ ਰਹੇਗਾ, ਤੇ ਇਹਦਾ ਪ੍ਰਾਈਸ ਰਹੇਗਾ ਜੀ 490। ਇੱਕ ਆਪਣਾ ਹੈਗਾ ਜੀ ਆਹ ਸ਼ਰਟ ਜੀ, ਇਹ ਆਪਣੇ ਕੋਲ ਸਿੰਗਲ ਸੂਟ ਆਇਆਗਾ, ਸਿੰਗਲ ਸੂਟ ਹੈਗਾ, ਸ਼ਰਟ ਦੇ ਨਾਲ ਮੈਚਿੰਗ ਹੈ, ਵੱਡੇ ਪਣੇ ਦੇ ਵਿੱਚ ਹੈ, ਵਟਸਐਪ ਦੀ ਸ਼ਰਟ ਬਣੇਗੀ ਇਦਾਂ। ਜਿਹੜਾ ਬਾਰਡਰ ਹੈ ਇਹ ਵਿੱਚ ਫੋਲਡ ਹੋ ਜਾਏਗਾ, ਇਦਾਂ ਹੀ ਸ਼ਰਟ ਆਊਗੀ, ਲਾਈਟ ਜਾਂ ਬੇਬੀ ਪਿੰਕ ਕਲਰ ਦੇ ਵਿੱਚ ਪ੍ਰਿੰਟ ਹੈਗਾ, ਬਲੂ ਦੇ ਨਾਲ ਇਹਦੀ ਮੈਚਿੰਗ ਰਹੂਗੀ, ਪ੍ਰਾਈਸ ਰਹੂਗਾ ਜੀ 490 490। ਸ਼ਰਟ ਦੇ ਉੱਪਰ ਲਾਈਨਿੰਗ ਲੱਗੂਗੀ, ਜਿਹੜੀ ਬੋਟਮ ਹੈ ਆਪਣੀ ਵਿਦਾਊਟ ਲਾਈਨਿੰਗ ਸਟਿਚ ਹੋ ਜਾਏਗੀ। ਹਾਂਜੀ, ਇੱਕ ਆਪਣਾ ਇਹ ਆ ਗਿਆ ਜੀ ਆਲ ਓਵਰ ਦੇ ਸੂਟ ਵਿੱਚ, ਸਕਾਈ ਬਲੂ ਦੇ ਵਿੱਚ ਵਾਈਟ ਪ੍ਰਿੰਟ ਰਹੂਗਾ,
ਤੇ ਇਹਦੇ ਨਾਲ ਤੁਹਾਨੂੰ ਕਾਟਨ ਦਾ ਦੁਪੱਟਾ ਵੀ ਮੈਚਿੰਗ ਮਿਲ ਜੂਗਾ, 5 ਮੀਟਰ ਕੱਟ ਰਹੂਗੀ, ਤੇ ਇਹਦਾ ਪ੍ਰਾਈਸ ਰਹੂਗਾ ਜੀ ਸੂਟ ਦਾ 490, 490। ਹਾਂਜੀ, ਇੱਕ ਇਹ ਆ ਗਿਆ ਜੀ ਸੂਟ ਆਲ ਓਵਰ ਦੇ ਵਿੱਚ ਹੈਗਾ, ਆਲ ਓਵਰ ਦੇ ਵਿੱਚ ਹੈ, ਪ੍ਰਾਈਸ ਰਹੂਗਾ 625। ਕੋਈ ਲੈਨਿੰਗ ਵਗੈਰਾ ਦੀ ਨੀਡ ਨਹੀਂ, ਸਟੱਫ ਬਹੁਤ ਜ਼ਿਆਦਾ ਫਾਈਨ ਹੈ, ਪਿਓਰ ਕੈਮਰਿਕ ਕਾਟਨ ਹੈਗੀ। ਇੱਕ ਇਹ ਵੀ ਆਪਣੇ ਕੋਲ ਸਿੰਗਲ ਸੂਟ ਆਇਆ ਹੈਗਾ, ਸਿੰਗਲ ਸੂਟ ਹੈਗਾ, ਸਕਾਈ ਬਲੂ ਬਾਟਮ ਦੇ ਨਾਲ ਹੈ, ਕੋਈ ਲੈਨਿੰਗ ਵਗੈਰਾ ਦੀ ਨੀਡ ਨਹੀਂ, ਸਟੱਫ ਬਹੁਤ ਫਾਈਨ ਹੈਗਾ, ਤੇ ਪ੍ਰਾਈਸ ਰਹੂਗਾ ਜੀ 650, 650। ਕਲਰ ਬਹੁਤ ਪਿਆਰਾ, ਅਲੱਗ ਜਿਹਾ ਸ਼ੇਡ ਹੈਗਾ। ਇੱਕ ਜਿਹੜਾ ਆਪਣਾ ਸੀਗਾ ਜੀ ਜੋਰਜਟ ਦਾ ਸੂਟ, ਇਹਦਾ ਵੀ ਤੁਸੀਂ 2.5 ਮੀਟਰ ਜਾਂ 5 ਮੀਟਰ ਕੱਟ ਬਾਈ ਕਰ ਸਕਦੇ ਹੋਗੇ। ਇਹਦਾ ਤੁਸੀਂ ਸ਼ਰਟ ਦੁਪੱਟਾ ਜੋ ਵੀ ਬਣਾਉਣਾ ਹੈ ਉਦਾਂ ਬਣਾ ਸਕਦੇ ਹੋ, ਕੋਈ ਡਰੈਸ ਵਗੈਰਾ ਰੈਡੀ ਕਰਵਾਉਣੀ ਹੈ ਉਹ ਕਰਵਾ ਸਕਦੇ ਹੋ। ਪ੍ਰਾਈਸ ਰਹੂਗਾ ਜੀ 5 ਮੀਟਰ ਕੱਟ ਦਾ 490। ਇੱਕ ਇਹ ਸੂਟ ਵੀ ਆਪਣੇ ਕੋਲੇ ਸਿੰਗਲ ਆਇਆ ਹੈਗਾ, ਸਿੰਗਲ ਸੂਟ ਹੈ ਜੀ, ਵੱਡੇ ਪਣੇ ਦੇ ਵਿੱਚ 3.5 ਮੀਟਰ ਕੱਟ ਰਹੇਗੀ, ਤੇ ਪ੍ਰਾਈਸ ਰਹੂਗਾ ਜੀ ਇਹਦਾ 590, 590। ਆਲ ਓਵਰ ਸੂਟ ਹੈ, ਕੈਮਰਿਕ ਕਾਟਨ, ਕੋਈ ਲੈਨਿੰਗ ਵਗੈਰਾ ਦੀ ਨੀਡ ਨਹੀਂ। ਹਾਂਜੀ, ਇੱਕ ਇਹ ਆ ਗਿਆ ਜੀ ਮੈਚਿੰਗ ਦੇ ਵਿੱਚ, ਕੈਮਰਿਕ ਕਾਟਨ ਦੇ ਵਿੱਚ, ਬਹੁਤ ਹੀ ਫਾਈਨ ਸਟੱਫ ਰਹੂਗਾ, ਕੋਈ ਲੈਨਿੰਗ ਵਗੈਰਾ ਦੀ ਨੀਡ ਨਹੀਂ। ਪ੍ਰਾਈਸ ਰਹੂਗਾ ਜੀ 590, 590। ਇਹਨਾਂ ਦੇ ਵਿੱਚੋਂ ਤੁਸੀਂ ਜਲਦੀ ਜਲਦੀ ਆਰਡਰ ਦਿਓਗੇ ਕਿਉਂਕਿ ਇਹ ਕਾਫੀ ਸੂਟ ਹੈ ਜਿਹੜੇ ਸਿੰਗਲ ਸਿੰਗਲ ਨੇ ਇਹਨਾਂ ਦੇ ਵਿੱਚੋਂ। ਹਾਂਜੀ, ਇੱਕ ਇਹ ਆ ਗਿਆ ਜੀ ਆਪਣੇ ਕੋਲ ਨੇਵੀ ਬਲੂ ਚਿਕਨ ਦੇ ਨਾਲ, ਇਹ ਤੁਸੀਂ ਨੇਵੀ ਬਲੂ ਚਿਕਨ ਦੇ ਨਾਲ ਵੀ ਲੈ ਸਕਦੇ ਹੋ, ਆਫ ਵਾਈਟ ਚਿਕਨ ਦੇ ਨਾਲ ਵੀ ਲੈ ਸਕਦੇ ਹੋਗੇ, ਬਹੁਤ ਹੀ ਫਾਈਨ ਸਟੱਫ ਰਹੇਗਾ ਜੀ। ਇਹਦੇ ਵਿੱਚ ਨੇਵੀ ਬਲੂ ਪ੍ਰਿੰਟ ਵੀ ਆ ਜਾਏਗਾ, ਆਫ ਵਾਈਟ ਵੀ ਆ ਜਾਏਗਾ, ਤੇ ਇਹਦਾ ਪ੍ਰਾਈਸ ਰਹੂਗਾ ਜੀ 750, 750। ਇੱਕ ਇਹ ਆ ਗਿਆ ਜੀ ਯੈਲੋ ਸੈਲਫ ਪ੍ਰਿੰਟ ਦੇ ਵਿੱਚ, ਇਹਦੇ ਉੱਪਰ ਤੁਸੀਂ ਵਰਕ ਵਗੈਰਾ ਵੀ ਕਰਵਾ ਸਕਦੇ ਹੋਗੇ, ਤੇ ਇਹਦਾ ਪ੍ਰਾਈਸ ਰਹੂਗਾ ਬਹੁਤ ਫਾਈਨ ਸਟੱਫ ਰਹੂਗਾ, ਤੇ ਇਹ ਵਿਦਆਊਟ ਲੈਨਿੰਗ ਇਹ ਰੈਡੀ ਹੋ ਜੂਗਾ, ਇਹਦੇ ਉੱਪਰ ਵਰਕ ਵਗੈਰਾ ਵੀ ਹੋ ਜੂਗਾ, ਤੇ ਇਹਦਾ ਪ੍ਰਾਈਸ ਰਹੂਗਾ 625। ਹਾਂਜੀ, ਇੱਕ ਆ ਰਿਹਾ ਸੀ ਗ੍ਰੇ ਸੂਟ ਜਿਹੜਾ ਆਪਣਾ 2x2 ਸਟੱਫ ਦੇ ਵਿੱਚ ਸੀਗਾ, ਕਾਟਨ ਦੇ ਵਿੱਚ ਹੈਗਾ, ਥੋੜਾ ਇਹਦੇ ਵਿੱਚ ਮਿਕਸ ਹੁੰਦਾ ਹੈਗਾ ਥਰੈਡ ਕਿਉਂਕਿ ਸਟੱਫ ਖਰਾਬ ਨਹੀਂ ਹੁੰਦਾ, ਇਹ ਵਾਸ਼ ਕਿੰਨਾ ਹੀ ਵਾਸ਼ ਕਰੀ ਜਾਓ ਇੱਦਾਂ ਹੀ ਰਹੂਗਾ, ਕੋਈ ਇਹਦਾ ਕਲਰ ਵਗੈਰਾ ਡੱਲ ਨਹੀਂ ਪਊਗਾ। ਗ੍ਰੇ ਕਲਰ ਦੇ ਵਿੱਚ ਹੈਗਾ, ਪ੍ਰਾਈਸ ਰਹੂਗਾ ਜੀ 550, 550। 5 ਮੀਟਰ ਘੱਟ ਹੈ, ਤੁਸੀਂ 2.5 ਮੀਟਰ ਵੀ ਲੈ ਸਕਦੇ ਹੋ। ਹਾਂਜੀ, ਇੱਕ ਇਹ ਆ ਗਿਆ ਜੀ ਆਪਣਾ ਮੈਚਿੰਗ ਦੇ ਵਿੱਚ, ਕਾਟਨ ਦੇ ਵਿੱਚ ਕੈਮਰਿਕ ਕਾਟਨ, ਕੋਈ ਲੈਨਿੰਗ ਵਗੈਰਾ ਦੀ ਨੀਡ ਨਹੀਂ, ਬਹੁਤ ਫਾਈਨ ਸਟੱਫ ਰਹੂਗਾ, ਤੇ ਪ੍ਰਾਈਸ ਰਹੂਗਾ ਜੀ 600, 600। ਇੱਕ ਇਹ ਆ ਗਿਆ ਜੀ ਆਪਣਾ ਕੈਮਰਿਕ ਕਾਟਨ ਦੇ ਵਿੱਚ, ਬਹੁਤ ਫਾਈਨ ਪ੍ਰਿੰਟ ਹੈਗਾ, ਪ੍ਰਾਈਸ ਰਹੂਗਾ 600। ਹਾਂਜੀ, ਇੱਕ ਇਹ ਆ ਗਿਆ ਆਪਣਾ ਮੈਚਿੰਗ, ਪ੍ਰਾਈਸ ਰਹੂਗਾ 625, ਬਹੁਤ ਫਾਈਨ ਸਟੱਫ ਰਹੂਗਾ, ਬਹੁਤ ਹੀ ਪਿਆਰਾ ਕਲਰ ਹੈ, ਪ੍ਰਿੰਟ ਵੀ ਬਹੁਤ ਸੋਹਣਾ, ਕੈਮਰਿਕ ਕਾਟਨ ਪਿਓਰ, ਬਹੁਤ ਹੀ ਪਿਆਰਾ ਪ੍ਰਿੰਟ ਰਹੇਗਾ। ਇਹਦੇ ਨਾਲ ਤੁਸੀਂ ਬਲੂ ਬਾਟਮ ਵੀ ਲੈ ਸਕਦੇ ਹੋ, ਯੈਲੋ ਵੀ ਲੈ ਸਕਦੇ ਹੋਗੇ। ਇੱਕ ਇਹ ਮੈਚਿੰਗ ਆ ਗਈ, ਇਹਦਾ ਕਲਰ ਜਿਹਾ ਅਲੱਗ ਜਿਹਾ ਸ਼ੇਡ ਆ ਗਿਆ ਕਲਰ, ਇਹਦਾ ਪ੍ਰਾਈਸ ਰਹੂਗਾ ਜੀ 600, ਵਿਦਆਊਟ ਲੈਨਿੰਗ ਇਹ ਰੈਡੀ ਹੋਏਗਾ, ਕਾਟਨ ਸਟੱਫ ਹੈਗਾ। ਆਹ ਆਪਣੇ ਕੋਲ ਆਇਆ ਜੀ ਸਿੰਗਲ ਸੂਟ, ਸਿੰਗਲ ਸੂਟ ਹੈਗਾ,
ਪ੍ਰਾਈਸ ਰਹੂਗਾ 675। ਸੇਮ ਹੀ ਆਪਣਾ ਪਹਿਲਾਂ ਵਾਲੀ ਵੀਡੀਓ ਵਾਲਾ ਸੂਟ ਹੈਗਾ, ਅਲੱਗ ਜਿਹਾ ਇਹਦਾ ਡਿਜ਼ਾਇਨ ਰੈਡੀ ਹੋਏਗਾ। ਇਹ ਤੁਸੀਂ ਇੱਦਾਂ ਵੀ ਬਣਾ ਸਕਦੇ ਹੋਗੇ ਅਤੇ ਇਹਨੂੰ ਇੱਦਾਂ ਵੀ ਬਣਾ ਸਕਦੇ ਹੋ, ਫਰੰਟ ਏ ਅਤੇ ਬੈਕ, ਫਰੰਟ ਬੈਕ ਇੱਦਾਂ ਬਣਾ ਸਕਦੇ ਹੋਗੇ। ਪ੍ਰਾਈਜ਼ 675। ਹਾਂਜੀ, ਇੱਕ ਆ ਗਿਆ ਜੀ ਆਪਣੇ ਕੋਲ ਬਲੈਕ ਚਿਕਨ ਦੇ ਨਾਲ, ਬਹੁਤ ਹੀ ਫਾਈਨ ਸਟੱਫ ਦੀ ਚਿਕਨ ਹੈ। ਵੇਖੋ ਬਹੁਤ ਹੀ ਸੋਹਣਾ ਇਹਦੇ ਵਿੱਚ ਵਰਕ ਹੈਗਾ, ਬਹੁਤ ਸੋਹਣਾ ਬਣਿਆ ਹੋਇਆ ਚਿਕਨ ਹੈ। ਇਹਦੇ ਨਾਲ ਆਪਣੇ ਕੋਲ ਆ ਗਈ ਇਹ ਵਾਲੀ ਸ਼ਰਟ ਬਲੈਕ ਦੇ ਨਾਲ, ਇਹਦਾ ਪ੍ਰਾਈਜ਼ ਰਹੂਗਾ ਜੀ 725। 725 ਪਲੇਨ ਬਲੈਕ ਬੋਟਮ ਨਾਲ ਵੀ ਲੈ ਸਕਦੇ ਹੋ। ਇੱਕ ਇਹ ਆ ਗਈ ਜੀ ਆਪਣੇ ਕੋਲ ਪ੍ਰਾਈਜ਼ 725। ਇੱਕ ਸਭ ਤੋਂ ਵੱਧ ਇਹ ਪ੍ਰਿੰਟ ਦਾ ਆ ਰਿਹਾ ਸੀ ਆਰਡਰ, ਪ੍ਰਾਈਜ਼ 625। ਆਲ ਓਵਰ ਸੂਟ ਹੈ, 625। ਸਾਰੇ ਸਟੱਫ ਫਾਈਨ ਰਹਿਣਗੇ। ਇੱਕ ਇਹ ਆ ਗਿਆ ਜੀ ਆਪਣਾ ਜਮੈਟਰੀਕਲ ਪ੍ਰਿੰਟ ਦੇ ਨਾਲ, ਇਹਦੇ ਨਾਲ ਤੁਸੀਂ ਯੈਲੋ ਬੋਟਮ ਵੀ ਲੈ ਸਕਦੇ ਹੋ, ਪੀਚ ਵੀ ਲੈ ਸਕਦੇ ਹੋ। ਪ੍ਰਾਈਜ਼ ਰਹੂਗਾ 625। ਸਟੱਫ ਬਹੁਤ ਫਾਈਨ ਰਹੂਗਾ, ਪ੍ਰਾਈਜ਼ ਰਹੂ 625। ਇਹ ਆਪਣੇ ਕੋਲ ਇੱਕ ਜਾਂ ਦੋ ਸੂਟ ਜਾਂ ਤਿੰਨ ਸੂਟ ਆਏ ਆ, ਇਸ ਤੋਂ ਬਾਅਦ ਇਹਦੀ ਕੱਟ ਨਹੀਂ ਹੈ, ਤੁਸੀਂ ਜਲਦੀ ਤੋਂ ਜਲਦੀ ਆਰਡਰ ਕਰ ਸਕਦੇ ਹੋ। ਇੱਕ ਇਹ ਸੂਟ ਸੀਗਾ ਜੀ ਆਪਣਾ ਲੇਲਨ ਕਾਟਨ ਦੇ ਵਿੱਚ, ਲਾਈਟ ਜੇ ਪਿੰਕ ਦੇ ਉੱਪਰ ਸੀਗਾ, ਤੇ ਆਪਾਂ ਪਹਿਲਾਂ ਇਹਦੀ ਇੱਕ ਡਰੈਸ ਬਣਾਈ ਸੀ, ਕੋਟ ਸੈੱਟ ਬਹੁਤ ਸੋਹਣਾ ਬਣਿਆ ਸੀ, ਉਸ ਤੋਂ ਬਾਅਦ ਇਹਦੇ ਕਾਫੀ ਆਰਡਰ ਆ ਰਹੇ ਸੀਗੇ, ਸਟਾਕ ਦੇ ਵਿੱਚ ਨਹੀਂ ਸੀ। ਹੁਣ ਆਪਣੇ ਕੋਲ ਇਹ ਸੂਟ ਆਇਆ ਤੇ ਇਹਦਾ ਪ੍ਰਾਈਸ ਰਹੂਗਾ ਜੀ 625। ਆਲ ਓਵਰ ਸੂਟ ਦਾ ਪ੍ਰਾਈਸ 625, ਤੇ ਬਹੁਤ ਹੀ ਸੋਹਣਾ ਸਟਾਫ ਹੈ ਲੇਲਨ ਕਾਟਨ ਦਾ, ਲਾਈਟ ਬੇਬੀ ਪਿੰਕ ਜਾਂ ਸ਼ੇਡ ਹੈ ਇਹਦਾ। ਇੱਕ ਇਹ ਆ ਗਿਆ ਜੀ ਆਪਣਾ ਪਿੰਕ ਬੋਟਮ ਦੇ ਨਾਲ ਮੈਚਿੰਗ, ਪ੍ਰਾਈਸ ਰਹੂਗਾ ਜੀ 625। 625 ਇੱਕ ਇਹ ਆ ਗਈ ਮੈਚਿੰਗ 625, ਇਹਦਾ ਵੀ ਪ੍ਰਾਈਸ ਹੋਊਗਾ, ਬਹੁਤ ਹੀ ਪਿਆਰਾ ਕਲਰ ਹੈ 625। ਹਾਂਜੀ, ਇੱਕ ਇਹ ਆ ਗਿਆ ਮੈਚਿੰਗ ਦੇ ਵਿੱਚ, ਮੈਚਿੰਗ ਵੀ ਲੈ ਸਕਦੇ ਹੋ ਤੁਸੀਂ, ਆਲ ਓਵਰ ਵੀ ਲੈ ਸਕਦੇ ਹੋ। ਪ੍ਰਾਈਸ ਰਹੂਗਾ ਜੀ 590। 590 ਤੇ ਇੱਕ ਆਪਣੀ ਇਸੇ ਮੈਚਿੰਗ ਦੇ ਨਾਲ ਆ ਗਿਆ ਜੀ ਮੁਫਤ ਲਾਲ ਕਾਟਨ ਦੀ ਸ਼ਰਟ, ਡਿਜੀਟਲ ਪ੍ਰਿੰਟ ਦੇ ਵਿੱਚ ਗਾਜਰੀ ਜਾਂ ਸ਼ੇਡ ਆਊਗਾ ਜੀ ਸ਼ਰਟ ਦਾ, ਤੇ ਪ੍ਰਾਈਸ ਰਹੂਗਾ ਜੀ 750। 750 ਗਾਜਰੀ ਕਲਰ ਦੇ ਵਿੱਚ, ਬਹੁਤ ਹੀ ਪਿਆਰਾ ਪ੍ਰਿੰਟ ਹੈਗਾ ਮੈਚਿੰਗ ਦੇ ਵਿੱਚ। ਇੱਕ ਇਹ ਆ ਗਿਆ ਜੀ ਸੂਟ ਆਪਣਾ ਆਲ ਓਵਰ ਦੇ ਵਿੱਚ ਬਰੀਕ ਪ੍ਰਿੰਟ ਦੇ ਵਿੱਚ, ਪ੍ਰਾਈਸ ਰਹੂਗਾ 590। 590 ਇੱਕ ਇਹ ਆ ਗਿਆ ਜੀ ਆਪਣਾ ਮੈਚਿੰਗ ਦੇ ਵਿੱਚ, ਪ੍ਰਾਈਸ ਰਹੂਗਾ ਜੀ 500। 500 ਇੱਕ ਇਹ ਆ ਗਿਆ ਜੀ ਆਪਣਾ ਮੈਚਿੰਗ ਦੇ ਵਿੱਚ, ਪ੍ਰਾਈਸ ਰਹੂਗਾ ਜੀ 550। 550
ਇੱਕ ਇਹ ਆ ਗਿਆ ਮੈਚਿੰਗ, ਇਹਦੇ ਕਾਫੀ ਆਰਡਰ ਆ ਰਹੇ ਸੀ, ਇਹ ਆਪਣੇ ਕੋਲ ਆਏ ਨੇ 4-5 ਸੂਟ, ਕਾਫੀ ਆਰਡਰ ਆ ਰਹੇ ਸੀ ਕਿਉਂਕਿ ਇਹਦਾ ਕਲਰ ਸ਼ੇਡ ਜਿਹਾ ਅਲੱਗ ਜਿਹਾ ਆ ਗਿਆ ਕਾਟਨ ਦੇ ਵਿੱਚ, ਪ੍ਰਿੰਟ ਵੀ ਬਹੁਤ ਸੋਹਣਾ। ਪ੍ਰਾਈਸ ਰਹੂਗਾ ਜੀ 590। ਹਾਂਜੀ ਇੱਕ ਇਹ ਆ ਗਿਆ, ਇਹ ਆਪਾਂ ਤੁਸੀਂ ਮੈਚਿੰਗ ਲੈ ਸਕਦੇ ਹੋ ਲਾਈਟ ਯੈਲੋ ਦੇ ਨਾਲ, ਸ਼ਰਟ ਵੀ ਲੈ ਸਕਦੇ ਹੋਗੇ, ਪ੍ਰਾਈਸ ਰਹੂਗਾ ਜੀ 500। ਇੱਕ ਇਹ ਸੀਗਾ ਜੀ ਆਪਣਾ ਲਾਈਟ ਗ੍ਰੀਨ ਜਾਂ ਸ਼ੇਡ ਦੀ ਆਪਣੀ ਬੋਟਮ ਰਹੂਗੀ, ਪਿਸਤਾ ਜਾਂ ਗ੍ਰੀਨ ਸ਼ੇਡ ਹੈ, ਵਿੱਚ ਸੈਲਫ ਪ੍ਰਿੰਟ ਹੈ, ਤੇ ਸ਼ਰਟ ਪ੍ਰਾਈਸ 675, 675। ਹਾਂਜੀ ਇੱਕ ਇਹ ਆ ਗਿਆ ਮੋਰ ਪੰਖੀਆ ਬੋਟਮ ਜੀ ਨਾਲ, ਮੋਰ ਪੰਖੀਆ ਸ਼ੇਡ ਹੈ, ਪ੍ਰਾਈਸ 625। ਇਹ ਵੀ ਕਲਰ ਬਹੁਤ ਪਿਆਰਾ ਹੈਗਾ, ਇਹ ਵੀ ਕਾਫੀ ਗਿਆ ਆਪਣਾ ਸੂਟ, ਤੇ ਇਹਦੇ ਵੀ ਕਾਫੀ ਆਰਡਰ ਆ ਰਹੇ ਸੀਗੇ, ਵਿਦਾਊਟ ਲੈਨਿੰਗ ਇਹ ਰੈਡੀ ਹੋ ਜਾਏਗਾ 625। ਇਹ ਤੁਸੀਂ ਲੈ ਸਕਦੇ ਹੋ ਜੀ ਮਡਾਲ ਕਾਟਨ ਦੇ ਵਿੱਚ ਹੈ, ਆਫ ਵਾਈਟ ਬੋਟਮ ਦੇ ਨਾਲ, ਕੱਲੀ ਸ਼ਰਟ ਜਾਂ ਪੂਰਾ ਆਲ ਓਵਰ ਸੂਟ, ਤੇ ਪ੍ਰਾਈਸ ਰਹੂਗਾ ਜੀ ਇਹਦਾ 525, 525। ਇੱਕ ਇਹ ਆ ਗਿਆ ਜੀ ਆਪਣਾ 525, ਇਹਦਾ ਵੀ ਕੈਮਰਿਕ ਕਾਟਨ ਸਟੱਫ ਰਹੂਗਾ, ਕੈਮਰਿਕ ਕਾਟਨ ਸਟੱਫ ਰਹੇਗਾ। ਬਹੁਤ ਹੀ ਪਿਆਰਾ ਕਲਰ ਰਹੂਗਾ। ਹਾਂਜੀ ਇੱਕ ਇਹ ਸੂਟ ਆਇਆ ਜੀ ਆਪਣਾ, ਪ੍ਰਾਈਸ 590, 590। ਇੱਕ ਇਹ ਆਇਆ ਜੀ ਮੈਚਿੰਗ ਦੇ ਵਿੱਚ, ਪ੍ਰਾਈਸ ਰਹੂਗਾ 625, 625। ਹਾਂਜੀ ਇੱਕ ਇਹ ਆ ਗਿਆ ਜੀ ਆਪਣਾ ਆਲ ਓਵਰ ਸੂਟ ਲੈ ਸਕਦੇ ਹੋ, ਵਾਈਟ ਬੋਟਮ ਦੇ ਨਾਲ ਲੈ ਸਕਦੇ ਹੋਗੇ, ਪ੍ਰਾਈਸ ਰਹੂਗਾ ਜੀ 625, 625। ਹਾਂਜੀ ਇਹ ਸੀਗੇ ਅੱਜ ਦੇ ਆਪਣੇ ਪ੍ਰਿੰਟ ਸੂਟ ਜੋ ਆਪਾਂ ਸੇਲ ਦੇ ਵਿੱਚ ਲਗਾਏ ਸੀਗੇ, ਇਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਸੂਟ ਬਾਈ ਕਰਨਾ ਚਾਹੁੰਦੇ ਹੋ, ਸਾਨੂੰ ਵਟਸਐਪ ਤੇ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ, ਜ਼ਿਆਦਾ ਕੁਛ ਡਿਟੇਲ ਦੇ ਵਿੱਚ ਪੁੱਛਣ ਲਈ ਤੁਸੀਂ ਸਾਨੂੰ ਵਟਸਐਪ ਤੇ ਕੰਟੈਕਟ ਕਰ ਸਕਦੇ ਹੋ। ਸਾਡੇ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਜੀ। ਆਪਾਂ ਫਿਰ ਇੱਕ ਵੀਡੀਓ ਨਾਲ ਮਿਲਦੇ ਹਾਂ, ਸਤਿ ਸ਼੍ਰੀ ਅਕਾਲ ਜੀ।